ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ 6 ਜੂਨ ਮਗਰੋਂ ਸ਼ੁਰੂ ਹੋਣਗੇ ਭਾਈ ਅਮਰਤਪਾਲ ਸਿੰਘ ਦੇ ਰਹਿਾਈ ਦੇ ਲਈ ਯਤਨ ਸਮਰਥਕਾਂ ਨੂੰ ਕੀਤੀ ਅਪੀਲ ਰਾਟਰੀ ਸੁਰੱਖਿਆ ਕਾਨੂੰਨ ਐਨਐਸਏ ਤਹਿਤ ਸਾਮ ਦੇ ਡਿਬਰਗੜ੍ਹ ਜੇਲ੍ਹ ਦੇ ਬੈਚ ਚ ਬੰਦ ਪਈ ਅਮਰਤਪਾਲ ਸਿੰਘ ਨੇ ਸਾਰੀਆਂ ਰਵਾਇਤੇ ਪਾਰਟੀਆਂ ਨੂੰ ਹਰਾ ਕੇ ਖੰਡੂਰਾ ਸਾਬਾ ਲੋਕ ਸਭਾ ਸੀਟ ਜਤਲਿਆ ਪਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਬਲਵਿੰਦਰ ਕੌਰ ਅਤੇ ਤਰਸੇਮ ਸਿੰਘ ਨੇ ਸਵੇਰੇ ਹੀ ਬੜਦਾ ਸੁਨੇਹਾ ਮਿਲਣ ਮਗਰੋਂ ਪਿੰਡ ਦੇ ਗੁਰੂ ਘਰ ਦੇ ਵਿੱਚ ਆਖੰਡ ਪਾਠ ਆਰੰਭਾ ਕਰਵਾ ਦਿੱਤਾ ਸਿਪਾਈ ਅਮਰਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ 6 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਦੇ ਰਾਜ ਦੇ ਲਈ ਯਤਨ ਸ਼ੁਰੂ ਕੀਤੇ ਜਾਣਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਮਰਥਕਾਂ ਨੂੰ ਵੀ ਜਸ਼ਨਾਂ ਨਾ ਮਨਾਉਣ ਦੀ اپیل ਕੀਤੀ ਹੈ ਆਧਾਰ ਕਾਰਡ ਦੇ ਵਿੱਚ ਨਾਮ ਪਤਾ ਤੇ ਜਨਮ ਇਤ ਨੂੰ ਮਫਤ ਵਿੱਚ ਬਦਲਣ ਦਾ ਆਖਰੀ ਮੌਕਾ ਇੰਜ ਕਰੋ ਅਪਡੇਟ ਆਧਾਰ ਕਾਰਡ ਇੱਕ ਅਜਿਆ ਦਸਤਾਵੇਜ਼ ਹੈ ਜਿਸ ਤੋਂ ਬਿਨਾ ਕੋਈ ਕੰਮ ਕਰਨਾ ਮੁਸ਼ਕਲ ਹੈ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਚਾਹੇ ਤਾਂ ਵੀ ਇਸ ਤੋਂ ਬਿਨਾ ਕੰਮ ਨਹੀਂ ਕਰਵਾ ਸਕਦੇ ਚਾਹੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੋਵੇ ਬੈਂਕ ਦਾ ਖਾਤਾ ਖੁਰਨਾ ਹੋਵੇ ਜਾਂ ਕੋਈ ਹੋਰ ਸਰਕਾਰੀ ਕੰਮ ਕਰਵਾਉਣਾ ਹੋਵੇ ਆਧਾਰ ਦਾ ਅਪਡੇਟ ਹੋਣਾ ਜ਼ਰੂਰੀ ਹੈ ਨਾਮ ਪਤਾ ਜਨਮ ਮਿਤੀ ਫੋਟੋ ਅਤੇ ਹੋਰ ਜਾਣਕਾਰੀ ਨੂੰ ਅਪਡੇਟ ਕਰਨਾ ਮਹੱਤਵਪੂਰਨ ਹੈ ਜੇਕਰ ਤੁਸੀਂ ਬਿਨਾਂ ਆਧਾਰ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਮਾਫਤ ਕਰਵਾਉਣ ਦੇ ਲਈ ਕੌਜੀ ਦਾਨਾ ਬਾਜਿਆਂ ਤੇ ਆਉ ਜਾਂਦੇ ਆ ਕਿ ਤੁਸੀਂ ਆਧਾਰ ਕਾਰਡ ਨੂੰ ਮਾਫਤ ਵਿੱਚ ਕਿਵੇਂ ਅਪਡੇਟ ਕਰ ਸਕਦੇ ਹੋ ਜੇਕਰ ਤੁਸੀਂ ਆਧਾਰ ਕਾਰਡ ਨੂੰ ਅਪਡੇਟ ਕਰਨ ਬਾਰੇ ਸੋਚ ਰਹੇ ਹੋ ਤਾਂ 14 ਜੂਨ 2024 ਇਹਦੀ ਆਖਰੀ ਤਰੀਕ ਹੈ UIDAI ਤੋਂ ਆਧਾਰ ਦੇ ਬੱਚਾ ਨਾਮ ਪਤਾ ਜਨਮ ਅਤੇ ਵਰਗੀ ਜਾਣਕਾਰੀ ਨੂੰ ਬਦਲਣ ਜਾਂ ਅਪਡੇਟ ਕਰਨ ਦੇ ਲਈ ਤੁਹਾਨੂੰ 14 ਜੂਨ ਤੋਂ ਪਹਿਲਾਂ ਅਪਲਾਈ ਕਰਨਾ ਹੋਵੇਗਾ ਪਹਿਲਾਂ ਆਖਰੀ ਤਰੀਕ 14 ਮਾਰਚ 2024 ਸੀ ਪਰ ਹੁਣ ਆਪਾ ਭੋਗਤਾ 14 ਜੂਨ ਤੱਕ ਆਧਾਰ ਕਾਰਡ ਨੂੰ ਅਪਡੇਟ ਕਰ ਸਕਦੇ ਹਨ ਆਧਾਰ ਨੂੰ ਮੁਫਤ ਵਿੱਚ ਅਪਡੇਟ ਕਰਨ ਦੇ ਲਈ ਤਾਂ ਅਨੁਸਾਰਪਾ ਆਨਲਾਈਨ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। 22 ਸਾਲਾਂ ਬਾਅਦ ਦੇ ਆਪ ਨੂੰ ਵੱਡਾ ਝਟਕਾ ਪੰਜਾਬ ਦੇ ਚਰਨਜਾ ਵਿਧਾਨ ਸਭਾ ਹਾਲ ਕੰਨ ਵਿੱਚ ਸਿੱਧੀ ਹਾਰ। ਖੂਪਿਆਰ ਪੋਟਾਂ ਤਲਬ ਲੋਕ ਸਭਾ ਚੋਣਾਂ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ 130 ਦਾ ਦਾਵਾ ਤਿੰਨ ਸੀਟਾਂ ਤੱਕ ਹੀ ਸਮਟ ਗਿਆ ਸੀਮਾ ਭਗਵੰਤ ਮਾਨ ਆਪਣੇ 2 ਸਾਲਾਂ ਦੇ ਕਾਰਜਕਾਲ ਤੋਂ ਇਹਨੇ ਉਤੇ ਸ਼ਾਇਦ ਸਨ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਮੋੜ ਹੁੰਜਾ ਫੇਰਾ ਜਾਂਦਾ ਮਿਲਣ ਦੀ ਪੱਕੀ ਉਮੀਦ ਸੀ ਇਹਦੇ ਲਈ ਉਹ ਅੰਤ ਤੱਕ 130 ਦਾ ਦਾਵਾ ਕਰਦੇ ਰਹੇ ਦੂਜੇ ਪਾਸੇ ਜਦੋਂ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਰ ਬਹਿਚਾ ਨਿਰਾਸ਼ਾ ਫੈਲ ਗਈ ਆਪ ਨੂੰ ਸਿਰਫ ਤਿੰਨ ਸੀਟਾਂ ਮਿਲਣਾਂ ਕਾਂਗਰਸ ਨੂੰ ਸਤਾ ਅਤੇ ਆਕਾਲੇਦਨ ਇੱਕ ਸੀਟ ਮਿਲੀ ਦੋ ਸੀਟਾਂ ਦੇ ਉੱਪਰ ਤਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਲਈ ਆਮ ਆਦਮੀ ਪਾਰਟੀ ਦੇ ਮੰਤਰੀ ਤੱਕ ਚੋਣ ਹਾਰ ਗਏ ਆਪਣੇ ਘੜ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਖਾਤਾ ਤੱਕ ਨਹੀਂ ਖੋਲ ਸਕੇ ਦਿੱਲੀ ਕਾਂਗਰਸ ਹਾਈ ਕਮਾਂਡ ਵੀ ਕਾਫੀ ਫਿਕਰਮੰਦ ਹੈ ਦਰਅਸਲ ਕਰੀਬਾ 2.5 ਸਾਲ ਪਹਿਲਾਂ ਪੰਜਾਬ ਦੇ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੂੰ 117 ਵਿੱਚੋਂ 92 ਸੀਟਾਂ ਮਿਲੀਆਂ ਸਨ ਪਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿੱਧੀ ਹਾਰ ਹੋਈ ਹੈ ਜਦੋਂ ਕਿ ਆਪ 32 ਟਾਂਜ ਜਿੱਤ ਸਕਿਆ ਐਸਾ ਗੱਲ ਨੇ ਆਪ ਆਗੂਆਂ ਦੇ ਨੀਂਦ ਉਡਾਰ ਦਿੱਤੀ ਹਾਸਲ ਜਾਣਕਰ ਦੇ ਮੁਤਾਬਕ ਜਿਨ੍ਹਾਂ ਸਰਕਲਾਂ ਵਿੱਚ ਜਾਂ ਲੇੜ ਮਿਲਿਆ ਤੇ ਉਹ ਵੀ ਬਹੁਤ ਜ਼ਿਆਦਾ ਨੇ ਅਤੇ ਵਿਰੋਧੀ ਪਾਰਟੀਆਂ ਦੀ ਵੋਟਾ ਪ੍ਰਤੀਸ਼ਤ ਵੀ ਵਧੀ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ 2027 ਦੇ ਵਿੱਚ ਬਣੇਗੇ ਪੰਥਕ ਸਰਕਾਰ ਮੰਡ ਸਰਬੱਤਾ ਖਾਲਸਾ ਰਾਹੀਂ ਬਣਿਆ ਅਕਾਲ ਤਖਤ ਸਾਹਿਬ ਦੇ ਮਤਵਾਜੀ ਜਥੇਦਾਰ ਧਿਆਨ ਸੰਗਾ ਮੰਡ ਅੱਜ ਆਪਣੀ ਟਕਸਾਲੀ ਫੌਜ ਦੇ ਨਾਲ ਦਰਬਾਰ ਸਾਹਿਬਾ ਪਹੁੰਚੇ ਇਸ ਮੌਕੇ ਸੰਗਰੂਰ ਦੇ ਸਾਬਕਾ ਸੰਸਦ ਮੈਂਬਰ ਅਤੇ ਆਕਲ ਦਲ ਅਮਰਤ ਸਰਦੇ ਦੇ ਪ੍ਰਧਾਨ ਸਮਰਨਜੀਤ ਸੰਗਾ ਮਾਨਪ੍ਰੀਰ ਕੋਰ ਤੋਂ ਸੰਸਦ ਮੈਂਬਰ ਸਰਬਜੀਤ ਸੰਗਾ ਖਾਲਸਾ ਤੇ ਖਡੂਰਾ ਸਹਿਤ ਸੰਸਦ ਮੈਂਬਰ ਅਮਰਤ ਪਾਲ ਸਿੰਘ ਦਾ ਪਰਿਵਾਰ ਵੀ ਮੌਜੂਦ ਰਿਹਾ ਮੰਡ ਨੇ ਕਹਿ ਕੇ ਪੰਜਾਬ ਦੇ ਲੋਕ ਖਾਲਸਤਾਨੀ ਵਿਚਾਰਧਾਰਤਾ ਨੂੰ ਪ੍ਰਵਾਨ ਕਰ ਚੁੱਕੇ ਹਨ ਪੰਜਾਬ ਦੀਆਂ ਦੋ ਸੀਟਾਂ ਤੋਂ ਪੰਥਕਾ ਸੰਸਦ ਮੈਂਬਰ ਚੁਣੇ ਗਏ ਹਨ ਤੇ ਇਹ ਅਕਾਲੀ ਦਲ ਬਾਦਲ ਦੇ ਅੰਤ ਦੀ ਸ਼ੁਰੂਆਤ ਹੈ ਉਹਨਾਂ ਨੇ ਦਾਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਪੰਥਕ ਵਿਚਾਰਧਾਰਾ ਦੇ ਨਾਲ ਜੁੜਿਆ ਜਾਵੇਗਾ ਸਾਲ 2027 ਦੇ ਬੈਚ ਚ ਹੁਣ ਵਾਲੀਆਂ ਵਿਧਾਨ ਸਭਾ ਚੁਣਾਂ ਦੇ ਵਿੱਚ ਆ ਪੰਥਕ ਸਰਕਾਰ ਬਣੇਗੀ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਪੰਥਕਾ ਵਿਧਾਇਕ ਬੈਠੇ ਨਜ਼ਰ ਆਉਣਗੇ ਇੰਨਾ ਹੀ ਨਹੀਂ ਹੁਣ ਪੰਤਕ ਵਿਚਾਰਤਾ ਰਦਰਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਨ ਦੇ ਲਈ ਵੀ ਲੜਾਈ ਲੜੀ ਜਾਵੇਗੀ ਮੋਦੀ ਸਰਕਾਰ ਦੀ ਇਸ ਸਕੀਮਾਂ ਬਜ਼ੁਰਗਾਂ ਦੇ ਲਈ ਇੱਕ ਰਾਮਬਾਣ ਕਈ ਲੋਕ ਇਸ ਗੱਲ ਨੂੰ ਲੈ ਕੇ ਚਿੰਤਾਤ ਰਹਿੰਦੇ ਹਨ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿョਜਈ ਰਹੇਗੀ ਜਦੋਂ ਲੋਕ ਜਵਾਨ ਹੁੰਦੇ ਹਨ ਤਾਂ ਉਹ ਇਸ ਬਾਰੇ ਚਿੰਤਾ ਨਹੀਂ ਕਰਦੇ ਪਰ ਜਿਵੇਂ ਜਿਵੇਂ ਉਮਰ ਵੱਧਿਆ ਤਾਂ ਲੋਕਾਂ ਇਹ ਗੱਲ ਦੀ ਚਿੰਤਾ ਕਰਨ ਲੱਗ ਜਾਂਦੇ ਹਨ ਕਿ ਰਿਟਾਇਰਮੈਂਟ ਤੋਂ ਬਾਅਦ ਦਾ ਪੈਸੇ ਤੋਂ ਬਿਨਾ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਨਗੇ ਮੁੱਦੇ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਹਨ ਤੇ ਅਸੀਂ ਤੁਹਾਨੂੰ ਇਹਨਾਂ ਦੇ ਵਿੱਚੋਂ ਇੱਕ ਜੋਜਨਾ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀਆਂ ਚਿੰਤਾਵਾਂ ਨੂੰ ਚੰਗੀ ਤਰ੍ਹਾਂ ਦੂਰ ਆ ਕਰ ਦਿੰਦੀ ਹੈ ਇਸ ਖਬਰ ਦੇ ਵਿੱਚ ਅਸੀਂ ਤੁਹਾਨੂੰ ਅਜਿਹੀ ਇੱਕ ਸਰਕਾਰੀ ਸਕੀਮ ਬਾਰੇ ਦੱਸ ਰਹੇ ਹਾਂ ਜਿਸ ਵਿੱਚ ਨਿਵੇਸ਼ ਕਰਕੇ ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ ਗਰੰਟੀਸ਼ੁਦਾ ਆਮਦਨੀ ਮਿਲੇਗੀ ਆਪਣੇ ਬੁਢਾਪੇ ਨੂੰ ਸੁਰੱਖਤ ਬਣਾਉਣ ਦੇ ਲਈ ਤੁਸੀਂ ਮੋਦੀ ਸਰਕਾਰ ਦੇ ਇੱਕ ਸ਼ਾਨਦਾਰ ਪੈਨਸ਼ਨ ਸਕੀਮ ਦੇ ਵਿੱਚ ਨਵੇਸ਼ ਕਰ ਸਕਦੇ ਐਸ ਜੋ ਇਹਨਾਂ ਦਾ ਨਾਂ ਅਟਲ ਪੈਨਸ਼ਨ ਜੋ ਇਹਨਾਂ ਅਟਲ ਪੈਨਸ਼ਨ ਜੋ ਇਹਨਾਂ kia ਇਸ ਸਕੀਮ ਨੌ ਮਈ 2015 ਨੂੰ ਸ਼ੁਰੂ ਕੀਤੀ ਗਈ ਇਸ ਐਸ ਸਕੀਮ ਦੇ ਤਹਿਤ ਲਾਭਪਾਤਰ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ ਪੈਨਸ਼ਨ ਤੁਹਾਡੇ ਦੁਆਰਾ ਨਵੇਸ਼ ਕੀਤੀ ਗਈ ਰਕਮ ਤੇ ਨਿਰਪਰ ਕਰਦੀ ਹੈ ਇਸ ਨੂੰ ਖਾਸ ਤੌਰ ਤੇ ਘੱਟ ਆਮਦਨ ਵਾਲੇ ਵਰਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਹੁਣ ਤੱਕ 7 ਕਰੋੜ ਤੋਂ ਵੱਧ ਲਾਭਪਾਤਰ ਐਸਐਸ ਜੋਇਨਾ ਦੇ ਨਾਲ ਜੁੜ ਚੁੱਕੇ ਹਨ ਲਾਭ ਕਿਵੇਂ ਪ੍ਰਾਪਤ ਕਰਨ ਐਸਐਸ ਸਕੀਮ ਤਹਿਤ ਨਵੇਸ਼ਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ ਪੈਨਸ਼ਨ ਮਿਲਦੀ ਹੈ ਤੈਸ ਸਕੀਮ ਦਾ ਲਾਭ ਲੈਣ ਦੇ ਲਈ ਤੁਹਾਡੀ ਉਮਰ ਘਟੋ ਘਟਾ 18 ਤੋਂ ਲੈ ਕੇ 40 ਸਾਲ ਦੇ ਵਿੱਚ ਆਰ ਹੋਣੀ ਚਾਹੀਦੀ ਹੈ ਜੇਕਰ ਤੁਸੀਂ 18 ਸਾਲ ਤੱਕ ਆਪਣੀ ਆਮਦਨ ਦੇ ਵਿੱਚ ਹਰ ਮਹੀਨੇ 210 ਰੁਪਏ ਨਵੇਸ਼ ਕਰ ਦਿਓ ਤਾਂ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਹਰ ਮਹੀਨੇ 5000 ਰੁਪਏ ਦੀ ਪੈਨਸ਼ਨ ਮਿਲੇਗੀ ਪੀਆ ਮੋਦੀ ਦੇ ਸੌਚਕ ਸਮਾਗਮ ਦੇ ਵਿੱਚ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦੇਵੇਗਾ ਭਾਰਤ ਪੰਜ ਦੇਸ਼ਾਂ ਦੇ ਨੇਤਾ ਹੁਣ ਗਈ ਸ਼ਾਮਲ ਲੋਕ ਸਭਾ ਚੋਣਾਂ ਦੇ ਬਾਅਦ ਨਰਿੰਦਰ ਮੋਦੀ 8 ਜੂਨ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸੌਚਕ ਸਕਦੇ ਹਨ ਸਮਾਚਾਰ ਏਜੰਸੀ ਪੀਆਈਆਰ ਦੀ ਮੁਤਾਬਕ ਐਸਾ ਸਮਾਰੋਹ ਦੇ ਲਈ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ ਇਹਨਾਂ ਦੇ ਵਿੱਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮ ਸਿੰਘੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਸਿਨਾ ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਅਤੇ ਮੋਰੀਸ਼ਸ ਅਤੇ ਪਟਾਨ ਦੇ ਨੇਤਾ ਸ਼ਾਮਲ ਹੋਣਗੇ శ్రీలంਕਾ ਦੇ ਰਾਸ਼ਟਰਪਤੀ ਦੇ ਮੀਡੀਆ ਵਿਭਾਗ ਨੇ ਵੀ ਇਹ ਦੀ ਪੁਸ਼ਟੀ ਕੀਤੀ ਹੈ ਵਰਡ ਫਲੂ ਇਨਫੈਕਸ਼ਨ ਦੇ ਨਾਲ ਮੈਕਸਿਕੋ ਵਿੱਚ ਪਹਿਲੀ ਇਨਸਾਨੀ ਮੌਤਾਂ ਭਾਰਤ ਦੇ 49 ਬੱਚਾ ਅਲਰਟ ਜਾਰੀ H5N1 ਵਾਇਰਸ ਜੈਸ ਨੂੰ ਕਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਕਈ ਦੇਸ਼ਾਂ ਵਿੱਚ ਤੇ ਜਿਸ ਦੇ ਨਾਲ ਵਾਧਾ ਦੇਖਿਆ ਜਾ ਰਿਹਾ ਹਾਲੀਆ ਰਿਪੋਰਟਾਂ ਵਿੱਚ ਅਮਰੀਕਾ ਦੇ ਕਈ ਸ਼ਰਨਾਂ ਵਿੱਚ گاਵਾ ਤੇ ਦੁੱਧ ਦੇ ਜ਼ਰੀਏ ਮਨੁੱਖਾਂ ਵਿੱਚ ਦੇ ਫੈਲਣ ਦੇ ਮਾਮਲੇ ਸਾਹਮਣੇ ਆਏ ਹਨ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਭਾਰਤ ਨੂੰ ਵੀ H5N1 ਵਾਇਰਸ ਦੇ ਮਾਮਲੇ ਦੇ ਵਿੱਚ ਵਾਧੇ ਬਾਰੇ ਸੁਚੇਤ ਕੀਤਾ ਗਿਆ ਸੀ H5N1 ਵਾਇਰਸ ਨੂੰ ਵਾਰਡ ਫਲੂ ਵੀ ਕਿਹਾ ਜਾਂਦਾ ਹੈ ਇਸ ਸਮੇਂ ਨਦੇ ਸ਼ੁਰੂ ਬੈਚਾ ਕੇਂਦਰ ਸਰਕਾਰ ਨੇ ਚਾਰ ਰਾਜਾਂ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਝਾਰਖੰਡ ਅਤੇ ਕੇਰਲਾ ਨੂੰ ਏਬੀਐਨ ਫਲੂ ਬਾਰੇ ਇੱਕ アドਵਾਈਜ਼ਰੀ ਜਾਰੀ ਕਰਨ ਦੀ ਸਲਾਹ ਦਿੱਤੀ ਹੈ ਹੁਣ ਵਰਡ ਹੈਲਥ ਆਰਗੇਨਾਈਜੇਸ਼ਨ WHO ਨੇ ਵਰਡ ਫਲੂ ਕਾਰਨ ਦੁਨੀਆ ਦੇ ਵਿੱਚ ਪਹਿਲੀ ਮੌਤ ਦੀ ਰਿਪੋਰਟ ਹੈ ਜਦ ਤਿਆ WHO ਨੇ ਵੱਧ ਵਾਰ 5 ਜੂਨ ਦੱਸਿਆ ਕਿ ਮੈਕਸੀਕੋ ਦੇ ਵਿੱਚ ਇੱਕ 59 ਸਾਲਾ ਵਿਅਕਤੀ ਦੀ ਵਰਡ ਫਲੂ ਦੇ ਕਾਰਨ ਮੌਤ ਹੋ ਗਈ ਹੈ ਜੋ ਉਹਨਾਂ ਤੇਜਿਆਂ ਤੋਂ ਬਾਅਦ ਦਾ ਰਾਜਾ ਬੜੰਗ ਤੇ ਵਾਇਬਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗਿਆ ਅਸਤੀਫਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੰਗ ਨੇ ਕਹਿ ਕੇ ਲੋਕਾਂ ਨੇ ਤਾਜ਼ਾ ਚੋਣਾਂ ਦੇ ਵਿੱਚ ਸਪਸ਼ਟ ਸੰਦੇਸ਼ ਦਿੱਤਾ ਕਿ ਆਉਣ ਵਾਲੀ ਕੱਲ ਹੁਣ ਕਾਂਗਰਸ ਪਾਰਟੀ ਦੇ ਬੜੰਗ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਸੱਤਾ ਸਿੱਟਾ ਜਿੱਤਣ ਤੇ ਕਾਂਗਰਸ ਲੀਡਰਸ਼ਿਪ ਬਾਰਕਰਾਂ ਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਹਿ ਕੇ ਕਾਂਗਰਸ ਨੇ ਦੇਖ ਦੀ ਸਾਰੀਆਂ ਏਜੰਸੀਆਂ ਦੇ ਡਰ ਦੇ ਬਾਵਜੂਦ ਚੋਣ ਲੜੀ ਹੈ। ਉਹਨਾਂ ਨੇ ਕਹਿ ਕੇ ਕਾਂਗਰਸ ਦਾ ਖਾਤਾ ਸੀਲ ਕਰ ਦਿੱਤਾ ਗਿਆ ਸੀ ਇਹਦੇ ਬਾਵਜੂਦ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਭਰ ਦੇ ਵਿੱਚ ਚੋਣ ਲੜੀ। ਉਹਨਾਂ ਨੇ ਕਹਿ ਕੇ 2 ਸਾਲ ਪਹਿਲਾਂ 92 ਸੀਟਾਂ ਜੱਤ ਕੇ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਆਪ ਨੂੰ। ਸਿਰਫ 3 ਸੀਟਾਂ ਮਿਲੀਆਂ ਤੇ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ 13 0 ਦਾ ਦਾਵਾ ਕਰਦੇ ਰਹੇ ਹਨ ਪਰ 2 ਸਾਲਾਂ ਦੇ ਕਾਰਜਕਾਲ ਦੇ ਵਿੱਚ ਲੋਕਾਂ ਨੇ ਨਕਾਰ ਦਿੱਤਾ ਹੈ। ਨतीश ਕੁਮਾਰ ਨੇ ਐਨਡੀਐਮ ਤੋਂ ਮੰਗੇ ਕੈਬਨਟ ਵਿੱਚ ਵੱਡੇ ਅਹੁਦੇ ਜਿਹੜੀ ਜੁਧ ਵੀ ਵੱਡੇ ਅਹੁਦੇ ਤੇ ਨਜ਼ਰ ਲੋਕ ਸਭਾ ਚੋਣਾਂ ਦੇ ਵਿੱਚ ਬਹੁਮਤ ਮਿਲਣ ਤੋਂ ਅਗਲੇ ਦਿਨ ਐਨਡੀਐਮ ਸਰਬਸੰਮਤੀ ਦੇ ਨਾਲ ਨਰਿੰਦਰ ਮੋਦੀ ਨੂੰ ਨੇਤਾ ਚੁਣ ਲਿਆ ਪ੍ਰਧਾਨ ਮੰਤਰੀ ਦੇ ਰਿਹਾਇਸ ਤੇ ਹੋਈ ਬੈਠਕ ਵਿੱਚ ਟੀਡੀਪੀ ਮੁਖੀ ਚੰਦਰਬਾਬੂ ਨਾਇਡੂਰ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਕਨਾਥ ਸ਼ਿੰਦੇ ਸਮੇਤ 14 ਪਾਰਟੀਆਂ ਦੇ 21 ਨੇਤਾ ਸ਼ਾਮਲ ਹੋਏ ਸੂਤਰਾਂ ਮੁਤਾਬਕ TDP ਅਤੇ JD United ਸੀਟਾਂ ਤੇ ਵੱਡੇ ਭਾਈਵਾਲ ਹੋਣ ਦੇ ਨਾਂ ਤੇ ਮੰਤਰੀ ਮੰਡਲ ਦੇ ਵਿੱਚ ਵੱਡੇ ਹਿੱਸੇ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ JD ਦੀ ਨਾਜ਼ਰ ਰੇਲਵੇ ਖੇਤੀਬਾੜੀ ਮੰਤਰਾਲੇ ਦੇ ਨਾਲ ਬਿਹਾਰ ਦੇ ਲਈ ਵਿਸ਼ੇਸ਼ ਪੈ ਕیتے ਹੈ TDP ਨੇ ਪੰਜ ਮੰਤਰਾਲਿਆਂ ਤੇ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਹੈ TDP ਦੇ ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਪਾਰਟੀ ਨੇ ਪਿੰਡ ਵਿਕਾਸ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ بندرਗਾਹ ਤੇ ਸ਼ਿਪਿੰਗਾ ਸੜਕ ਆਵਾਜਾਈ ਅਤੇ ਰਾਜ ਮਾਰਗ ਅਤੇ ਜਾਲ ਸ਼ਕਤੀਦੰਗਾ ਮੰਗਾਂ ਰੱਖੀਆਂ ਹਨ TDP ਬੈਤਮੰਤਰਾਲੇ ਦਾ ਬਾਧੂ ਚਾਰਜ ਵੀ ਮੰਗ ਰਹੀ ਹੈ ਮਾਫਤਾ ਜੋਇਨਾਮਾ ਦੇ ਕਾਰਨ ਆਂਧਰਾ ਪ੍ਰਦੇਸ਼ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ ਤੇ ਇਸ ਦੇ ਲਈ ਨਾਇਡੂ ਚਾਹੁੰਦੇ ਹਨ ਕਿ ਉਹਨਾਂ ਨੂੰ ਬੈਤਮੰਤਰਾਲੇ ਦਾ ਬਾਧੂ ਚਾਰਜ ਮਿਲੇ